ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਹਾਂਜੀ, ਅਸੀਂ ਆਹ ਲਿਆਉਂਦੇ ਸੀਗੇ, ਡਰੰਮ ਲਿਆਉਂਦੇ ਸੀਗੇ। ਇਹ ਅਸੀਂ ਲਿਆਉਂਦੇ ਸੀਗੇ ਪਿੰਡ ਗੜੇ ਤੋਂ, ਫਿਲੌਰ ਦੇ ਕੋਲ ਆ ਪਿੰਡ ਗੜਾ। ਉੱਥੋਂ ਅਸੀਂ 250 ਦੇ ਡਰੰਮ ਲਿਆਉਂਦੇ ਸੀਗੇ, ਅਤੇ ਜਿਹੜਾ ਵੱਡਾ ਸੀਗਾ ਡਰੰਮ ਉਹ ਹੈਗਾ 800 ਦਾ। ਉਹਦੇ ਆਪਾਂ ਦੋ ਟੁੱਟੇ ਕਰ ਸਕਦੇ ਹਾਂ। ਇਹ ਜਿਹੜੇ ਹੈਗੇ ਆ ਇਹ ਛੋਟੇ ਆ, ਇਹਨਾਂ ਦੇ ਵਿੱਚ ਵੀ ਆਪਾਂ ਪਲਾਂਟ ਲਾ ਸਕਦੇ ਹਾਂ। ਅਤੇ ਹੈਗੇ ਲੱਗ ਤਾਂ ਉਹਨਾਂ ਦੇ ਵਿੱਚ ਵੀ ਜਾਂਦੇ ਆ, ਪਰ ਉਹ ਪਲਾਂਟ ਉਹ ਹੈਗਾ 800 ਦਾ। ਉਹਦੇ ਦੋ ਡਰੰਮ ਬਣਦੇ ਆ ਬੂਟੇ ਲਾਉਣ ਲਈ। ਇਹ ਇੱਕ ਹੈਗਾ, ਇਹ 250 ਦਾ ਇੱਕ, ਹੈ ਨਾ? ਅਤੇ ਫਿਰ ਮੈਂ ਇਹ ਲਿਆਈ, ਅਤੇ ਫਿਰ ਅਸੀਂ ਇਹਨੂੰ ਸਾਡੇ ਇੱਥੇ ਭਾਜੀ ਆ, ਅਤੇ ਉਹਦੇ ਕੋਲੋਂ ਫਿਰ ਮੈਂ ਕਟਿੰਗ ਕਰਵਾਈ ਇਹਦੀ, ਕਿਉਂਕਿ ਉੱਪਰੋਂ ਢੱਕਣ ਤਾਂ ਲਾਉਣਾ ਹੀ ਸੀਗਾ, ਹੈ ਨਾ? ਅਤੇ ਇਹਦੇ ਵਿੱਚ ਤੇਲ ਵੀ ਬਹੁਤ ਜ਼ਿਆਦਾ ਸੀਗਾ, ਇਹਨਾਂ ਦੇ ਵਿੱਚ ਥੋੜ੍ਹਾ ਥੋੜ੍ਹਾ ਜਿੱਦਾਂ ਸਮੈਲ ਜੀ ਆਉਂਦੀ ਸੀ, ਬਹੁਤ ਕਾਲੇ ਤੇਲ ਦੀ, ਅਤੇ ਉਹ ਵਾਲਾ ਸੀਗਾ ਇਹਦੇ ਵਿੱਚ। ਅਤੇ ਫਿਰ ਮੈਂ ਸਾਰਾ ਭਾਜੀ ਦੇ ਕੋਲੋਂ ਜਿੰਨੇ ਸੀਗੇ 6 ਸੀਗੇ, 6ਾਂ ਦੇ ਵਿੱਚੋਂ ਇੱਕ ਡਰੰਮ ਸੀਗਾ ਢੱਕਣ ਵਾਲਾ, ਖੁੱਲ੍ਹਾ ਸੀਗਾ, ਓਪਨ ਸੀਗਾ। ਅਤੇ ਉਹਨੂੰ ਤਾਂ ਕਰਵਾਇਆ ਨਹੀਂ, ਵੀ ਜਿਹੜੇ ਇੱਦਾਂ ਦੇ ਸੀਗੇ ਇਹਨਾਂ ਨੂੰ ਫਿਰ ਮੈਂ ਢੱਕਣ ਲਹਾ ਕੇ ਤਾਂ ਮੈਂ ਇੱਦਾਂ ਕਰਵਾਇਆ, ਇਹਨਾਂ ਦੀ ਸੈਟਿੰਗ ਕਰਵਾਇਆ, ਉਹਦੇ ਵਿੱਚੋਂ ਤੇਲ ਕਿੱਦਾਂ ਚਮਕਦਾ ਆ, ਹੈ ਨਾ? ਬਹੁਤ ਜ਼ਿਆਦਾ ਸੀਗਾ। ਅਤੇ ਇਹਦੇ ਵਿੱਚ ਅਸੀਂ ਫਿਰ ਬਲਾਂਟ ਲਈ ਲੈ ਕੇ ਆਏ ਸੀ, ਬਾਕੀ ਕੋਸ਼ਿਸ਼ ਕਰੂੰਗੀ ਹੋਰ ਵਧੀਆ ਗਾਂ। ਇੱਬਰ ਤੇਲ ਵਾਲੇ ਇੰਨੇ ਸੈਟਿੰਗ ਬਹਿ ਵੀ ਜਾਂਦੀ, ਕੋਈ ਵੱਡੀ ਗੱਲ ਨਹੀਂ ਹੈਗੀ। ਅਤੇ ਪਰ ਤੇਲ ਨਾਲੇ ਫਿਰ ਤਾਂ ਵੀ ਸਾਫ਼ ਸੂਫ ਕਰਨੇ ਪੈਂਦੇ ਆ, ਹੈ ਨਾ? ਅਤੇ ਜੇ ਆਪਾਂ ਪਲੇਨ ਹੀ ਲੈ ਲਈਏ, ਹੈ ਨਾ, ਤਾਂ ਉਹ ਵਧੀਆ ਰਹਿੰਦੀ ਹੈ, ਕਿਉਂਕਿ ਉਹਦੇ ਸਾਫ਼ ਕਰਨ ਦੀ ਲੋੜ ਨਹੀਂ ਪੈਂਦੀ ਹੈਗੀ। ਅਤੇ ਇਹ ਥੋੜ੍ਹੇ ਥੋੜ੍ਹੇ ਨਾ ਯੂਜ਼ ਕੀਤੇ ਹੁੰਦੇ ਆ, ਵਰਤੇ ਹੁੰਦੇ ਆ, ਤੇਲ ਵਾਲੇ ਹੁੰਦੇ ਆ। ਤਾਂ ਜਿਹੜੇ ਹੁੰਦੇ ਆ ਦੂਸਰੇ ਹੁੰਦੇ, ਉਹ ਨੀਲੇ ਰੰਗ ਦੇ ਦੂਸਰੇ ਓਪਨ ਹੁੰਦੇ ਆ, ਹੈ ਨਾ, ਢੱਕਣ 'ਚ ਲੱਗਾ ਹੁੰਦਾ ਆ, ਉਹ ਜਿਹੜੇ ਹੁੰਦੇ ਆ ਉਹ ਨਹੀਂ ਹੁੰਦੇ, ਵਰਤੇ ਵੀ ਹੁੰਦੇ ਆ ਪਰ ਉਹ ਇੱਦਾਂ ਲੱਗਦੇ ਨੇ ਕਿ ਉਹ ਵਰਤੇ ਹੋਏ ਆ, ਪਰ ਨਵੇਂ ਵੀ ਮਿਲ ਜਾਂਦੇ ਆ। ਮੈਂ ਇਹ ਯੂਜ਼ ਕੀਤੇ ਹੋਏ ਲਿਆਉਂਦੇ ਸੀਗੇ, ਅਤੇ ਚਲੋ ਮੈਂ ਕਿਹਾ ਹੁਣ ਇਹਨਾਂ ਨੂੰ ਇੰਨਾ ਕੁ ਕਰ ਲੈਣੇ, ਪਰ ਇਰਾਦਾ ਤਾਂ ਮੇਰਾ ਬਹੁਤ ਜ਼ਿਆਦਾ ਕੁਛ ਹੋ ਰਹੀ ਸੀਗਾ ਕਰਨ ਦਾ, ਵੀ ਮੈਂ ਕੁਛ ਵੱਡੇ ਡਰੰਮ ਲੈ ਕੇ ਆਊਂਗੀ ਜਾਂ ਵੱਡੇ ਸੈਟਿੰਗ ਕਰੂੰਗੀ। ਚਲੋ ਜਿਹੜੇ ਮਿਲ ਗਏ ਠੀਕ ਆ, ਹੈ ਨਾ? ਹੌਲੀ ਹੌਲੀ ਪਰਮਾਤਮਾ ਨੇ ਕਿਰਪਾ ਕੀਤੀ, ਕਰ ਲਵਾਂਗੇ, ਇਹ ਵੀ ਕੰਮ ਕਰ ਲਵਾਂਗੇ, ਹੈ ਨਾ? ਅਤੇ ਕਿਉਂਕਿ ਵੱਡੇ ਜਿਹੜੇ ਫਲਾਂ ਵਾਲੇ ਹੁੰਦੇ ਆ ਬੂਟੇ, ਉਹ ਫਿਰ ਇਹਨਾਂ ਦੇ ਵਿੱਚ ਲੱਗ ਜਾਂਦੇ ਆ, ਨਹੀਂ ਤਾਂ ਫਿਰ ਛੋਟਿਆਂ ਦੇ ਵਿੱਚ ਉਹ ਚੱਜਣਾ ਹੁੰਦੇ ਵੀ ਹੈ ਨਹੀਂ ਗਏ, ਤਾਂ ਵੱਡਿਆਂ 'ਚ ਉਹ ਲੱਗ ਜਾਂਦੀ ਆ, ਤਾਂ ਬਹੁਤ ਟੈਨਸ਼ਨ ਨਹੀਂ ਹੁੰਦੀ ਹੈਗੀ। ਬੰਦਾ ਕੋਈ ਨਾ ਕੋਈ ਇਹਨਾਂ ਨੂੰ ਪਾਉਂਦਾ ਰਹਿੰਦਾ ਆ, ਕੰਪੋਸਟ ਪਾਉਂਦਾ ਰਹਿੰਦਾ, ਖਾਦ ਖੁਦ ਪਾਉਂਦਾ ਰਹਿੰਦਾ, ਅਤੇ ਫਿਰ ਫਲ ਜਿਹੜਾ ਹੈਗਾ ਲੱਗ ਸਕਦਾ ਆ। ਮੈਂ ਬਹੁਤ ਜਣਿਆਂ ਨੇ ਦੇਖਿਆ ਇਹਨਾਂ ਨੇ ਇੱਦਾਂ ਡਰੰਮਾਂ ਦੇ ਵਿੱਚ ਲਾਏ ਹੋਏ, ਅਤੇ ਇਸ ਕਰਕੇ ਫਿਰ ਅਸੀਂ ਇਹ ਲਾਏ ਸੀ। ਮੈਂ ਗੜੇ ਤੋਂ ਲਿਆਂਦੀ ਸੀਗੀ, ਪਿੰਡ ਗੜਾ ਸੀਗਾ ਇੱਧਰ ਫਲੋਰ ਦੇ ਕੋਲ, ਉੱਥੋਂ ਅਸੀਂ ਲਿਆਂਦੇ ਆਏ 250 ਦੇ। ਇਹ ਦੇਖੋ ਫਿਰ ਅਸੀਂ ਢੱਕਣ ਸਾਰੇ ਲਹਾ ਲਏ ਸੀਗੇ, ਅਤੇ ਉਹਦੇ ਤੋਂ ਉਹ ਵੀ ਕਹਿੰਦੇ ਸੀ ਅਸੀਂ ਢੱਕਣ ਲਾ ਕੇ ਦੇ ਦਿੰਦੇ ਹਾਂ। ਫਿਰ ਇਹਦੇ ਗੁਰਦੇਸ਼ ਦੇ ਪਾਪਾ ਕਹਿੰਦੇ ਸੀਗੇ ਵੀ ਢੱਕਣ ਜੇ ਲਾ ਕੇ ਲੈ ਕੇ ਜਾਂਦੇ ਹਾਂ, ਫਿਰ ਵਿੱਚੋਂ ਗੱਡੀ 'ਚੋਂ ਜਿਹ 'ਚ ਰੱਖ ਕੇ ਲੈ ਕੇ ਜਾਣੇ ਆ, ਜਿਹ 'ਚ ਅਸੀਂ ਗਏ ਸੀ, ਉਹਦੇ ਵਿੱਚੋਂ ਫਿਰ ਤੇਲ ਦੀ ਸਮੈਲ ਆਉਣੀ ਹੈ, ਜਾਂ ਫਿਰ ਤੇਲ ਕਿਤੇ ਨਾ ਕਿਤੇ ਲੰਮੇ ਪਾਉਣੇ ਆ, ਤੇਲ ਡੁੱਲ ਵੀ ਸਕਦਾ, ਹੈ ਨਾ? ਤਾਂ ਕਰਕੇ ਫਿਰ ਅਸੀਂ ਇਹ ਢੱਕਣ ਸਣੇ ਲੈ ਕੇ ਆਏ ਸੀਗੇ, ਤਾਂ ਢੱਕਣ ਅਸੀਂ ਘਰ ਆ ਕੇ ਫਿਰ ਲਹਾ ਲਏ ਸੀਗੇ ਇਹ ਕਟਰ ਦੇ ਨਾਲ, ਅਤੇ ਇਹ ਚਾਰ ਪੰਜ ਸੀਗੇ, ਪੰਜਾਂ ਦੇ ਵਿੱਚ ਲਹਾ ਲਿਆ ਸੀ, ਇੱਕ ਸਾਡਾ ਦੂਜਾ ਸੀਗਾ ਉਹ ਪੰਜੇ 'ਤੇ ਭਾਜੀ ਬੈਠਾ ਆ। ਅਤੇ ਇਸ ਕੇ ਚਲੋ ਪਲਾਂਟ ਇਹਦੇ ਵਿੱਚ ਲਾ ਲੈਂਦੇ ਹਾਂ, ਅਤੇ ਜੇ ਗਮਲੇ ਵਿੱਚ ਵੀ ਲਾਓ, ਗਮਲੇ ਵੀ ਕਾਫੀ ਵੱਡੇ ਲੈਣੇ ਪੈਂਦੇ ਆ, ਤਾਂ ਉਹ ਵੀ ਬਹੁਤ ਮਹਿੰਗੇ ਆਉਂਦੇ ਆ, ਹੈ ਨਾ? 400-500 ਦਾ ਤਾਂ ਵੱਡਾ ਗਮਲਾ ਆਉਂਦਾ ਆ, 500 ਦੇ ਲਾਗੇ ਵੱਡਾ ਗਮਲਾ ਆਉਂਦਾ ਆ, ਅਤੇ ਇਹ ਫਿਰ ਵੀ 250 ਦਾ ਆ, ਹੈ ਨਾ? ਚਲੋ ਕੁਛ ਨਾ ਕੁਛ ਦਾ ਟਾਈਮ ਨਿਕਲੂਗਾ ਇਹਦੇ ਨਾਲ, ਹੈ ਨਾ? ਜਿੰਨਾ ਟਾਈਮ ਨਿਕਲੂਗਾ ਫਿਰ ਗਾਹਾਂ ਕਿਤੇ ਪੈਸਾ ਆਊਗਾ, ਫਿਰ ਦੇਖ ਲਵਾਂਗੇ ਸੈਟਿੰਗ ਹੋਊਗੀ, ਜ਼ਿੰਦਗੀ ਰਹੀ ਤਾਂ ਕਰ ਲਵਾਂਗੇ, ਨਹੀਂ ਤਾਂ ਫਿਰ ਦੇਖੀ ਜਾਊਗੀ, ਹੈ ਨਾ? ਪਰਮਾਤਮਾ ਦਾ ਸਾਥ ਚਾਹੀਦਾ, ਬਸ ਦੇਖੋ ਤੇਲ ਕਿੱਦਾਂ ਵਿੱਚ ਇਹਦੇ ਹੈਗਾ ਆ। ਫਿਰ ਸਾਰਾ ਵਿਚਾਲ ਦਾ ਸਾਫ਼ ਵੀ ਤਾਂ ਕਰਵਾ ਲਿਆ ਸੀਗਾ, ਕਿਉਂਕਿ ਚੁੱਭੇ ਨਾ, ਜਿੱਦਾਂ ਕਈ ਵਾਰੀ ਅਲੱਗ ਲੁੱਗ ਜਾਂਦਾ ਹੱਥ ਦੇ, ਹੈ ਨਾ? ਇੱਦਾਂ ਸਾਰੀ ਸੈਟਿੰਗ ਕਰ ਲਈ ਸੀਗੀ। ਫਿਰ ਉੱਪਰ ਅਸੀਂ ਲਿਜਾ ਕੇ ਇਹਦੇ ਵਿੱਚ ਪਲਾਂਟ ਲਾਵਾਂਗੇ ਕੋਠੇ 'ਤੇ ਲਿਜਾ ਕੇ, ਅਤੇ ਫਿਰ ਉਹ ਵੀਡੀਓ ਮੈਂ ਇਹਦੇ ਨਾਲ ਲਾਊਂਗੀ, ਅਟੈਚ ਕਰੂੰਗੀ, ਫਿਰ ਤੁਹਾਨੂੰ ਦਿਖਾਵਾਂਗੇ, ਠੀਕ ਹੈ? ਇੰਨੇ ਕੁ ਬਸ ਬਣਾਏ ਸੀਗੇ ਅਸੀਂ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ? ਕਿਵੇਂ ਹੋ ਤੁਸੀਂ? ਠੀਕ ਠਾਕ ਹੋ? ਆਈ ਹੋਊ ਤੁਸੀਂ ਠੀਕ ਠਾਕ ਹੀ ਹੋਵੋਗੇ। ਹਾਂਜੀ, ਅੱਜ ਅਸੀਂ ਕਰਨੀ ਆ ਕੋਠੇ ਦੀ ਸਫਾਈ, ਦੇਖਦੇ ਹਾਂ ਜੀ ਅੱਜ ਹੁੰਦੀ ਆ, ਨਹੀਂ ਤਾਂ ਫਿਰ ਕੱਲ੍ਹ ਨੂੰ ਕਰਾਂਗੇ, ਪਰ ਥੋੜ੍ਹਾ ਥੋੜ੍ਹਾ ਮੋਟਾ ਮੋਟਾ ਕਰਨ ਦੀ ਕੋਸ਼ਿਸ਼ ਕਰਾਂਗੇ। ਦੇਖੋ ਸਾਡੇ ਕਿੰਨਾ ਖਲਾਰਾ ਪਿਆ ਹੋਇਆ, ਬਹੁਤ ਜ਼ਿਆਦਾ ਖਲਾਰਾ ਪਿਆ ਆ। ਆਹ ਕੁਰਸੀਆਂ ਵੀ ਦੋ ਪਈਆਂ ਸੀ, ਵੀ ਟੁੱਟ ਗਈਆਂ, ਅਤੇ ਇੱਕ ਸਾਡੇ ਉੱਪਰ ਨਾ ਭੂੰਡੀਆਂ ਲੱਗੀਆਂ ਹੋਈਆਂ ਸੀਗੀਆਂ, ਅਤੇ ਇੱਕ ਖਲਾਰਾ ਬਹੁਤ ਜ਼ਿਆਦਾ ਸੀਗਾ, ਵਿੱਚ ਸੋਟੀਆਂ ਸਾਟੀਆਂ ਜਿਹੜੀਆਂ ਬੂਟਿਆਂ ਦੇ ਨਾਲ ਸਪੋਰਟ ਕਰਦੇ ਸੀਗੇ, ਉਹ ਕਿੰਨੀਆਂ ਖਿਲਰੀਆਂ ਆ, ਮਿੱਟੀ ਖਿਲਰੀ ਹੋਈ ਆ, ਪੱਤੇ ਪੁੱਤੇ ਜੋ ਵੀ ਡੱਖੇ ਡੁੱਖੇ ਜੋ ਵੀ ਹੈਗਾ, ਵਿੱਚ ਕਈ ਵਾਰੀ ਬੂਟਿਆਂ ਦੇ ਵਿੱਚੋਂ ਘਾਹ ਘੂਹ ਵੱਢਦੇ ਆ, ਹੈ ਨਾ? ਉਹ ਵੀ ਉੱਥੇ ਸੈੱਟ ਦਿੰਦੇ ਆ, ਉਹ ਚੁੱਕ ਨਹੀਂ ਹੁੰਦਾ। ਅਤੇ ਆਹ ਆਲੋਵੇਰਾ ਲਾਈ ਕਢਾਈ ਇਹਦੇ ਵਿੱਚ ਹੋ ਗਈ ਬਹੁਤ ਵਧੀਆ, ਅਤੇ ਇੱਥੇ ਵੀ ਪਏ ਸੀ ਆਲੋਵੇਰਾ ਪਏ ਸੀ, ਉਹ ਚੁੱਕ ਕੇ ਮੈਂ ਇੱਥੇ ਸਾਈਡ 'ਤੇ ਲਾਈ, ਉੱਥੇ ਉਹ ਉੱਪਰ ਰੱਖੀਆਂ, ਸਾਹਮਣੇ ਪਿੱਛੇ ਰੱਖੀ। ਅਤੇ ਫਿਰ ਉਸ ਤੋਂ ਬਾਅਦ ਆ ਜਿਹੜਾ ਦੇਖੋ ਕਿੰਨਾ ਖਲਾਰਾ ਪਿਆ, ਭਿੰਡੀਆਂ ਲੱਗੀਆਂ ਆ। ਵੈਸੇ ਤਾਂ ਭਿੰਡੀਆਂ ਪੱਟੂ ਨੂੰ ਜੀ ਕਰਦਾ ਸੀ, ਪਰ ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਮਹੀਨਾ ਕੁ ਕੱਢ ਲੈਂਦੇ ਹੋਰ, ਕਿਉਂਕਿ ਅਕਤੂਬਰ ਦੇ ਵਿੱਚ
लगनी है, मतलब सब्जी लगनी है, जिहड़े लगनी आ सियाल दा सीजन दे जिहड़े वेजिटेबल्स लगनी आ, पालक मेथी धनिया जिहड़े हुंदे आ, मेथे हुंदे आ, है ना, तो ये चीज़ा लगनियाँ। तो ये उदों मैं चलो जानू उदों पट देवांगे, फिलहाल रहन दिंदे आ, तो तां करके फिर असीं रहन दित्तियां इह। तो आ जिहड़ा टुट्टा होया पिया इक आह, तो ये हैगा साडा स्टैंड जिहा सीगा, तो असीं इहदे विच समान समून रख लैंदे सी, फिलहाल हुण इहनूं असीं तोड़ छड्डिया क्योंकि मीह दे नाल काफ़ी भिज गया सीगा, भिजण करके पहले काफ़ी टुट गया सीगा, तो फिर ये करके खलारा ज़्यादा पैंदा सीगा, ये भी सानूं लगदा सीगा। तो फिर असीं इहनूं चक इहनूं तोड़ दित्ता, पर देखदे आ भी गांह चक हुंदा जां नहीं, थोड़ा बहुत तीसरे ने कम करता, थोड़ा बहुत रहिंदा हले। तो आ जिहड़े बूटे बाल्टियां इत्थे इवें हुण टका के हटी आ, इत्थे इहनूं सैटिंग करके हटी, पहलां इत्थे होर चीज़ां सीगियां, वो मैं टोकरी टोकरी सी होर कि दूजी चीज़ा सगिया, उन्होंने बूटे चाजा होंगे नहीं सके, वो मैं इतों सारे चके चक के फिर मैं इतों सारा सुंबरिया, सुंबर के फिर आ स्टैंड जो इतने रखे, स्टैंड पारली साइड तो उधर पिया, फिर आ सारिया बाल्टियां बाल्टियां बड़ा सीजन इतने चीज़ें रख दी, सीजन मेरे दिमाग से निकल जाती गल, तो ये फिर सारा इतने बूटे इतने रख दते बाल्टियां बड़े। तो उदू बाद साढ़ा फिर इतों भी इतने भी समान बहुत ज़्यादा पिया, इतने एक तो सीमेंट के नाल ना थां पट हों वलों के, चलो कोई गल नहीं, परमात्मा कितने कृपा करेगा तो फिर असं टैल लवावे, है ना, फिलहाल तो नहीं लग सकती, तो जो कृपा करेगा परमात्मा उदो लवा लवेंगे। तो यह इन्हों की मैं सैटिंग करके हटी हाँ, इन्हों भी इतों मैं सफाई करके हटी हाँ, तो आह तो इदी पे जे वाले टैटू जहाँ ओलवेरा पई है। तो एक ना मैं ड्रम ले आ, इनू ड्रम कहते हैं, ये मैं ड्रम लिया 250 का, तो यह मैं कट्ठे सारे ले आ, 8 ले आ मैं ड्रम, 6 मैं एक बारी लैके आई सी, तो 2 मैं एक बारी लैके आई हाँ मंगवाए आ, है ना। तो ये जो दूसरे ड्रम वो तेल वाले से, ये जो ड्रम है तेल वाला नहीं है, और जोड़े हैगी तेल वाले आ, तो उन्होंने कला कला तेल सगा, है ना, तो करके तो यह मैं लासी, मैं क्या चलो बड़े बुढ़े जोड़े प्लांट होंगे जोड़े फला फुलों वाले होंगे जल नहीं फुलों वाले चलो बाल्टी लग जाते हैं, जोड़े फ्रूट वाले होंगे भी वो ला लेंगे, वो असं ये करके लिया। तो बाकी हम खलारा असं हौली हौली कोशिश करते हैं चकन की। तो आ भी गुरतेज तो मैं इतने मंगवाया टो आह भी सैटिंग करके हटी हाँ, टब दोनों एक साइड पर कर दते, तो ये भी पहला होर थान से। फिर साढ़े जिते रस्सी लौंक दी है, इतने भूडिया सगिया, भूडिया पहला मारिया असी, तो फिर रस्सी जी लौंक दी है ये असं पैप बांधते होंने जी पिंड टेंची लगी हुई है, है ना, वह पानी असं त चढ़ाई दा, तो वह ये रस्सी इधर लमकई हुई है। तो बाकी हम चुकते हैं खलारा, तो एक साइड तो थोड़ी बहुत हो गई है, तो बाकी हूँ इनू इधरला पासा सारा करा, तो बदम बदम सारे पट पुट देने हूँ, बस महीने क तक सैटिंग कर दें इन की, है ना, तो जिदा भी होंगी है, तो महीने क तक फिर उन्होंने पट देवे, फिर होर सब्जियां जड़िया है उन्होंने लावे। तो और पारली साइड का गुरतेश ने सारा कर दिता साफ, गुरतेश धोन लगा हुआ है, तो मैं फिर अंब का बूटा लाया आ, बाल्टी च लाना आ कुछ, अभी अंब का बूटा लगा, ये अनार का लगा सी सुक गया, ये अमरूद का लगा आ, अमरूद भी ठीक आ, ये अमरूद जोड़ा है ये सुकदा पिया है हूँ, तो मैं लगता नहीं होगा, चलो कोई नहीं पट के होर ला लवेंगे। तो ये भी खाली आ, बाकियों बूटे लगे हुए आ, तो इतों गुरतेश सारा साफ करता है, तो चलो इन्नी क सफाई गुरतेश ने इधर ही कर देनी है, फिर दूजी पास वाली फिर देखते जो टाइम मिल गया तो कर लें, अज नहीं तो फिर कल करा, है ना, जो भी टाइम ला के कर लेंगे, क्योंकि जो मीह मूह आता है फिर पैप जोड़े होंगे उत्थे कुछ ना कुछ फसन की टेंशन रहती, कोठी से पानी खड़ा रहेगा जिदा कि, है ना, क्योंकि पहले ही आड़ा बहुत कई बार आड़ा कि आई हुई, है ना, तो ये करके थोड़ा जहा रहा। वैसे तो मैं कोई प्लांट इदा नहीं रखती हैगी जोड़ा एन जंग धरती छत के उत्ते एन रखे हुआ, मैं कोई इट्टा उट्टा रख के जग बाले बुले रख के फिर ही टकानी है, उदा नहीं मैं टकाती हैगी, तो बस और चीज़ा जरूर जो मैं टके रखे हुए फर्श के उत्ते भिंडियां लाइया जड़िया, ये मैं थले ओलोवेरा लाई सॉरी थले मैं तरपैल रखी हुई है, तो वह भी चौरी करके हैलो हाँ जी देख लो जी असी सफाई करती है सारी, कल साढ़े बहुत ज़्यादा खलारा सीगा इत्थे, तो ये मैं सारा साफ किया, इन्हों की दोबारा सैटिंग की बूटिया की जोड़े इतने पैसे वो चकते सके, तो इतों एक तो सीमेंट का बहुत पट हों इत हौली हौली पैसे करके फिर टैला वगैरह लगावे, तो जो जी हरियाली जी होंगी आ, है ना, तो सीमेंट वाला थान जो पट हों फिर नहीं पट होगा, तो वो करके मैं प्लांट भी बहुत घट ली फिर भी हैगी है, पर उधर करके ज़्यादा नहीं मैं सोचती हैगी प्लांट बारे जिन्ना क हैगा सैटिंग की है, तो ये चीज़ त करके मैं प्लांट बहुत घट इन चीज़ें सैटिंग कर दी क्योंकि वो थान पट हो सारा, है ना, तो बाकी इन्ह की सैटिंग इदा की है कल कल की आ हले रेंदे ने इन महीने तक असी ये पट देने भिंडियां पट देनियाँ, ये पालक मेथी धनिया लावे,
ਅਤੇ ਉਹ ਸੈਟਿੰਗ ਕੀਤੀ ਸਾਰੀ ਉਹ ਵਾਲੀ ਉਹ ਅਸੀਂ ਪਹਿਲਾਂ ਤੋੜਦੇ ਪਏ ਸੀ ਕੱਲ੍ਹ ਤੋਂ ਅੱਧਾ ਕੁ ਟੁੱਟਾ ਸੀਗਾ ਅੱਧਾ ਕੁ ਰਹਿ ਗਿਆ ਸੀਗਾ ਅਸੀਂ ਕਿਹਾ ਫਿਰ ਇੱਕ ਬੱਦਲ ਵੀ ਖਰਾਬ ਮੌਸਮ ਵੀ ਖਰਾਬ ਹੋਇਆ ਆ ਅਤੇ ਇੱਕ ਥੋੜ੍ਹਾ ਗਿੱਲਾ ਹੋਇਆ ਸੀ ਵੀ ਜ਼ਿਆਦਾ ਕੰਮ ਵੱਧ ਜਾਣਾ ਵੀ ਇਹਨੂੰ ਅਸੀਂ ਹੌਲੀ ਹੌਲੀ ਸੈਟਿੰਗ ਤੋੜ ਲਵਾਂਗੇ ਤੋੜ ਕੇ ਫਿਰ ਥੱਲੇ ਬੂਰੇ 'ਚ ਪਾ ਕੇ ਲੈ ਜਾਵਾਂਗੇ ਸਾਰਾ ਅਤੇ ਜਦੋਂ ਕਿ ਅਸੀਂ ਇਹਦਾ ਖਲਾਰਾ ਪਾਉਣਾ ਆ ਆਹ ਪੱਟਣੀਆਂ ਪੁੱਟਣੀਆਂ ਚੀਜ਼ਾਂ ਨਾ ਹੋਰ ਚੀਜ਼ਾਂ ਲਾਉਣੀਆਂ ਇਹਦੇ ਵਿੱਚ ਥੋੜ੍ਹੀ ਮਿੱਟੀ ਪਾਉਣੀ ਆ ਉਦੋਂ ਕੁ ਫਿਰ ਇਹਨੂੰ ਚੱਕ ਦੇਵਾਂਗੇ ਇੱਥੋਂ ਅਤੇ ਕੁਛ ਪਲਾਂਟ ਇੱਧਰ ਟਿਕਾ ਤੇ ਆਹ ਟੱਬ ਦੋਨੋਂ ਇੱਥੇ ਰੱਖ ਦਿੱਤੇ ਇਹਦੇ 'ਚ ਮਿਰਚਾਂ ਲੱਗੀਆਂ ਅਤੇ ਆਹ ਸਾਰੀ ਸਫਾਈ ਅੱਜ ਅਸੀਂ ਕੀਤੀ ਆ ਅਤੇ ਇਹਨਾਂ ਦੀ ਵੀ ਆਹ ਮੈਂ ਟੱਬ ਲਏ ਸੀਗੇ ਸੋਰੀ ਟੱਬ ਨਹੀਂ ਡਰੰਮ ਇਹ ਮੈਂ ਡਰੰਮ ਲਏ ਸੀਗੇ 250-250 ਦੇ ਇਹਨਾਂ ਦੇ ਵਿੱਚ ਮੈਂ ਪਲਾਂਟ ਲਾਏ ਜਿਹੜੇ ਫਲਾ ਹੈਗੇ ਆ ਫਰੂਟ ਵਾਲੇ ਇਹ 'ਚ ਲਾਉਣੇ ਆ ਹਜੇ ਲਾਏ ਨਹੀਂ ਹੈਗੇ ਆਹ ਛੋਟੇ ਛੋਟੇ ਆ ਇਹ ਅੰਬ ਦਾ ਆ ਇਹ ਅਮਰੂਦ ਆ ਇਹ ਵੀ ਅਮਰੂਦ ਆ ਇਹਦੇ ਵਿੱਚ ਲਾਉਣੇ ਆ ਹਜੇ ਥੋੜ੍ਹੀ ਜਿਹੀ ਮਿੱਟੀ ਪਈ ਆ ਮਿੱਟੀ ਪਾਉਣੀ ਆ ਇਹ ਸੇਬ ਦਾ ਆ ਇਹਨੂੰ ਮੈਂ ਢੇਰ ਪਾਇਆ ਸੀਗਾ ਉਹਦੇ ਕਰਕੇ ਥੋੜ੍ਹੇ ਪੱਤੇ ਸੁੱਕ ਗਏ ਆਹ ਨਵੇਂ ਹੋਰ ਆ ਰਹੇ ਆ ਦੇ ਨਵੇਂ ਹੋਰ ਆਉਂਦੇ ਆ ਅਤੇ ਇਹ ਹੈਗਾ ਆ ਚੀਕੂ ਇਹਦੇ ਫਲ ਲੱਗਾ ਵੀ ਸੀਗਾ ਪਰ ਸੁੱਕ ਗਿਆ ਇਹ ਹੈਗਾ ਚੀਕੂ ਦਾ ਇਹ ਹੈਗਾ ਸ਼ਾਇਦ ਨਾਸਪਾਤੀ ਦਾ ਹੋਊਗਾ ਮੈਨੂੰ ਹੁਣ ਨਾਮ ਵੀ ਜ਼ਿਆਦਾ ਭੁੱਲ ਗਿਆ ਇਹਨਾਂ ਦਾ ਕੀ ਸੀਗਾ ਅਤੇ ਇਹ ਰਹਿ ਗਈਆਂ ਭਿੰਡੀਆਂ ਭੁੰਡੀਆਂ ਅਤੇ ਇਹ ਮਿਰਚਾਂ ਇਹ ਭਿੰਡੀਆਂ ਵੀ ਕੱਢ ਕੇ ਆਪਾਂ ਇਹਦੇ ਵਿੱਚ ਪਾਲਕ ਲਾਵਾਂਗੇ ਇੱਧਰੋਂ ਵੀ ਸਾਰੀ ਸਫਾਈ ਕਰਤੀ ਆ ਬਹੁਤ ਜ਼ਿਆਦਾ ਖਲਾਰਾ ਸੀਗਾ ਕਿਉਂਕਿ 2-3 ਮਹੀਨੇ ਹੋ ਗਿਆ ਸੀਗਾ ਪਲਾਂਟ ਦੀ ਸੈਟਿੰਗ ਕਰੀ ਜਾਂਦੇ ਸੀਗੇ ਤਾਂ ਸਫਾਈ ਨਹੀਂ ਸੀ ਕਰਦੇ ਅਤੇ ਤਾਂ ਕਰਕੇ ਫਿਰ ਹੁਣ ਅਸੀਂ ਸਫਾਈ ਦਾ ਵੀ ਕੰਪਲੀਟ ਕੀਤਾ ਕੰਮ ਅੱਜ ਅਤੇ ਇੰਨਾ ਕੁ ਅਸੀਂ ਆਹ ਕੀਤਾ ਅਤੇ ਬਾਕੀ ਹੌਲੀ ਹੌਲੀ ਹੋ ਜੂਗਾ ਵੈਸੇ ਮੇਰੀ ਜ਼ਿਆਦਾ ਸੋਚ ਇਹ ਹੈ ਕਿ ਮੈਂ ਹੁਣ ਇਹਨਾਂ ਦੇ ਕੋਠੇ ਟੈਲਾਂ ਕਿਉਂਕਿ ਜਿੱਦਾਂ ਤੇੜਾਂ ਤੂੜਾਂ ਆਈਆਂ ਸਾਰੀਆਂ ਨਾ ਇਹ ਫਿਰ ਤੇੜਾਂ ਠੀਕ ਹੋ ਜੂਗੀਆਂ ਟੈਲਾਂ ਹੋਣੀਆਂ ਤਾਂ ਹੈ ਨਾ ਪਾਣੀ ਖੜ੍ਹਾ ਨਹੀਂ ਹੋਊਗਾ ਕਿਤੇ ਵੀ ਅਤੇ ਇੱਕ ਅਸੀਂ ਆਹ ਰੂਮ ਅੱਜ ਸਾਫ਼ ਕੀਤਾ ਸਾਰਾ ਕਰਨ ਵਾਲਾ ਸੀਗਾ ਅਤੇ ਤਾਂ ਕਰਕੇ ਫਿਰ ਇੰਨਾ ਕੁ ਕੰਮ ਸਾਡਾ ਅੱਜ ਸਫਾਈ ਦਾ ਕੋਠੇ ਵਾਲਾ ਨਿਬੜ ਗਿਆ ਆ ਅਤੇ ਇੱਕ ਸਾਨੂੰ ਇਹ ਵੀ ਸੀਗਾ ਅਸੀਂ ਤਾਂ ਵੀ ਕੋਠੇ ਦਾ ਕੰਮ ਜਲਦੀ ਕੀਤਾ ਕਿਉਂਕਿ ਬੱਦਲ ਹੋਇਆ ਮੀਂਹ ਵੀ ਆ ਸਕਦਾ ਸੀਗਾ ਅਤੇ ਫਿਰ ਇਹਦੇ ਵਿੱਚ ਜਿਹੜਾ ਖਲਾਰਾ ਪਿਆ ਸੀ ਮਿੱਟੀ ਮੁੱਟੀ ਜ਼ਿਆਦਾ ਸੀਗੀ ਅਸ ਕਿ ਚੱਲ ਉਹ ਚੁੱਕ ਦਿੰਦੇ ਹਾਂ ਚੁੱਕ ਕੇ ਤਾਂ ਫਿਰ ਸਫਾਈ ਤਾਂ ਹੋ ਜੂਗੀ ਵੀ ਬਾਣੀ ਬੂਣੀ ਵੀ ਨਾ ਖੜ੍ਹਾ ਹੋਊਗਾ ਹੈ ਨਾ ਅਤੇ ਤਾਂ ਕਰਕੇ ਉਹ ਅਸੀਂ ਫਟਾਫਟ ਸਾਰੀ ਸੈਟਿੰਗ ਕਰਤੀ ਆ ਅਤੇ ਇਹ ਵੀ ਅਸੀਂ ਕੱਢ ਦੇਣੀਆਂ ਭਿੰਡੀਆਂ ਮਿਰਚਾਂ ਲੱਗੀਆਂ ਆ ਦੇਖੋ ਆਹਦੇ ਮਿਰਚਾਂ ਲੱਗੀਆਂ ਇੱਥੇ ਬਤਾਊ ਸੀਗੇ ਉਹ ਅਸੀਂ ਪੱਟਤੇ ਅੱਜ ਅਤੇ ਭਿੰਡੀਆਂ ਅਸੀਂ ਪੱਟ ਦੇਣੀਆਂ ਮਹੀਨੇ ਤੱਕ ਪੱਟ ਦੇਣੀਆਂ ਇੱਕ ਇਹਦੇ ਵਿੱਚ ਭਿੰਡੀਆਂ ਦੋ ਚੌਂਚ ਆ ਉੱਧਰ ਵੀ ਆ ਅਤੇ ਪੱਟ ਕੇ ਫਿਰ ਅਸੀਂ ਅੱਜ ਪਾਲਕ ਮੇਥੀ ਧਨੀਆ ਸਿਆਲਾਂ ਵਾਲਾ ਜਿਹੜਾ ਸੀਜ਼ਨ ਦਾ ਹੁੰਦਾ ਆ ਵੈਜੀਟੇਬਲਸ ਉਹ ਸਾਰੇ ਅਸੀਂ ਲਾ ਦੇਣੇ ਆ ਅਤੇ ਇਸ ਕਿ ਚੱਲ ਮਹੀਨਾ ਕੁ ਹੋਰ ਇਹਨਾਂ ਕੱਢ ਲੈਂਦੇ ਹਾਂ ਸੈਟਿੰਗ ਦੇਖ ਲੈਂਦੇ ਹਾਂ ਕਿੱਦਾਂ ਹੁੰਦੀ ਹੈ ਜੇ ਹੋਊਗੀ ਤਾਂ ਵੀ ਠੀਕ ਹੈ ਨਾ ਤਾਂ ਵੀ ਕੋਈ ਨਹੀਂ ਅਤੇ ਫਿਰ ਇਹਨਾਂ ਵਿੱਚ ਵੀ ਪਲਾਂਟ ਅਸੀਂ ਲੈ ਕੇ ਲਾਉਣੇ ਆ ਕੁਛ ਜਿਹੜੇ ਇਹਨਾਂ ਦੇ ਵਿੱਚ ਨਹੀਂ ਲੱਗੇ ਹੈਗੇ ਉਹ ਵੀ ਲਾਉਣੀ ਆ ਦੋ ਕੁ ਬਾਲਟੀਆਂ ਵੀ ਮੇਰੀਆਂ ਖਾਲੀ ਆ ਇਹਨਾਂ ਵਿੱਚ ਵੀ ਲੈ ਕੇ ਲਾਉਣੇ ਆ ਅਤੇ ਚਲੋ ਠੀਕ ਆ ਫਰੈਂਡ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਨਾਲ ਅਤੇ